ਦੇਸ਼ ਨੂੰ ਆਜ਼ਾਦ ਹੋਇਆ 70 ਸਾਲ ਤੋਂ ਵੱਧ ਸਮਾਂ ਬੀਤ ਚੁੱਕਿਆ, ਪਰ ਪਿੰਡਾਂ ਦੇ ਹਾਲਾਤ ਅੱਜ ਵੀ ਨਹੀਂ ਸੁਧਰੇ। ਜਦਕਿ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਪਿੰਡਾਂ ਨੂੰ ਸ਼ਹਿਰੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾ ਰਹੇ ਨੇ, ਅਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਅਜਿਹਾ ਪਿੰਡ ਜੋ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ। ਆਓ ਲੈ ਚੱਲਦੇ ਹਾਂ ਤੁਹਾਨੂੰ ਪਿੰਡ ਮਰੋੜੀ ਦੀਆਂ ਗਲੀਆਂ ਵਿੱਚ। ਵਿਧਾਨ ਸਭਾ ਹਲਕਾ ਦਾ ਪਿੰਡ ਮਰੋੜੀ ਜੋ ਕੁਝ ਸਮਾਂ ਪਹਿਲਾਂ ਮਰੋੜੀ ਦੀ ਸ਼ਰਾਬ ਦੇ ਨਾਲ ਮਸ਼ਹੂਰ ਸੀ, ਜਿਸ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਪਿੰਡ ਦੇ ਸੁਧਾਰ ਲਈ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ। ਇਸ ਪਿੰਡ ਦੇ ਕੁਝ ਲੋਕ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਘਰ ਦੀ ਦਾਰੂ ਕੱਢ ਕੇ ਵੇਚਦੇ ਸੀ, ਪਰ ਸਮੇਂ ਦੇ ਨਾਲ ਨਾਲ ਇਹ ਧੰਦਾ ਭਾਵੇਂ ਘੱਟ ਗਿਆ, ਪਰ ਉਸਦੀ ਥਾਂ ਹੁਣ ਹੋਰ ਨਸ਼ਿਆਂ ਨੇ ਲੈ ਲਈ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਦੀ ਕਿਸੇ ਨੇ ਵੀ ਕੋਈ ਸਾਰ ਨਹੀਂ ਲਈ। ਭਾਵੇਂ ਧਰਮਵੀਰ ਗਾਂਧੀ ਨੇ ਪਿੰਡ ਨੂੰ ਗੋਦ ਲੈ ਲਿਆ ਸੀ, ਪਰ ਜੋ ਕੰਮ ਹੋਣੇ ਚਾਹੀਦੇ ਸੀ ਉਹ ਕਦੇ ਵੀ ਨਹੀਂ ਹੋਏ। ਪਿੰਡ ਵਿੱਚ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਰਸਾਤ ਦੇ ਮੌਸਮ 'ਚ ਪਿੰਡ ਦਾ ਛੱਪੜ ਓਵਰਫਲੋ ਹੋਣ ਤੋਂ ਬਾਅਦ ਪਾਣੀ ਘਰਾਂ ਵਿੱਚ ਵੜ ਜਾਂਦਾ ਹੈ। ਕਿਹੜੇ ਪਾਣੀ ਜੀ? ਆ ਛੱਪੜ ਦਾ ਪਾਣੀ ਜੀ, ਪਿੰਡ ਦੇ ਵਿੱਚ ਵੜ ਜਾਂਦਾ ਹੈ, ਲਾਗਾਂ ਨੂੰ ਰਸਤਾ ਨਹੀਂ ਰਹਿੰਦਾ ਉਰਾ ਕਿਤੇ। ਕੋਈ ਨਿਕਲਦਾ ਨਾ ਜੀ, ਕਿਤੇ ਨਹੀਂ ਨਿਕਲਦਾ ਇਹਦਾ। ਜਿਹੜੇ ਗਾਂਧੀ ਨੇ ਗੋਦ ਲਿਆ ਸੀ ਪਿੰਡ, ਗਾਂਧੀ ਨੇ ਕੀ ਕੀਤਾ ਇੱਥੇ? ਗਾਂਧੀ ਨੇ ਇੱਕ ਤਾਂ ਪੰਚਾਇਤ ਘਰ ਕਰਿਆ ਜੀ, ਇੱਕ ਮੰਡੀ ਕਰੀ ਹੈ, ਕੰਮ ਵਿੱਚ ਰਹਿ ਗਿਆ ਸਾਰਾ ਬਣਿਆ ਨਹੀਂ ਹੈਗਾ ਜਿੰਨਾ ਕਹਿਆ ਤਾ ਉਹਨੇ। ਉਹਨੇ ਬੜਾ ਕੁਛ ਕਹਿਆ ਪਾਣੀ ਦਾ ਵੀ, ਕਹਿ ਦੇ ਵੀ ਕਰਾਂਗਾ ਸਾਰੀ ਕਨਾਸੀ ਦੀ, ਅੱਧਕ ਪਾਣੀ ਕੀ ਬਣ ਗਈ, ਅੱਧਕ ਰਹਿ ਗਿਆ ਇਹ। ਪੀਣ ਵਾਲਾ ਪਾਣੀ? ਨਾ ਜੀ, ਪੀਣ ਵਾਲਾ ਪਾਣੀ ਕੋਈ ਨਹੀਂ ਹੈਗਾ, ਪਰ ਟੈਂਕੀ ਆ ਉਹ ਬੰਦ ਖੜੀ ਆ। ਆਖਰ ਘਰ ਦੇ ਬੋਰ ਨੇ ਜਿਹੜੇ ਨੀਂਹ ਤੇ ਕੱਢ ਕੇ ਪੀਂਦੇ ਨੇ ਜੀ। ਖਰਾਬ ਵੀ ਹੋ ਰਿਹਾ ਜੀ, ਵਿੱਚ ਠੀਕ ਵੀ ਹੈ। ਬਿਮਾਰੀਆਂ ਫੈਲਦੀ ਨੇ ਪਿੰਡ ਦੇ ਵਿੱਚ? ਹਾਂ ਜੀ। ਕਿੰਨੇ ਕੁ ਬਿਮਾਰ ਨੇ ਲੋਕ ਹੈਗੇ ਨੇ? ਬਹੁਤ ਨੇ ਬਿਮਾਰ ਜੀ। ਸੇਵਾ ਕੋਈ ਤਰ੍ਹਾਂ? ਨਾ ਕੋਈ ਨਹੀਂ ਹੈਗੀ। ਸਭ ਤੋਂ ਬੜੀ ਸਮੱਸਿਆ ਪੀਣ ਵਾਲਾ ਪਾਣੀ ਤੇ ਗੰਦੇ ਪਾਣੀ ਦੀ ਨਿਕਾਸੀ ਹੈ ਜੀ। ਵਿਦਿਆ ਕੰਨਿਓ ਵੀ ਨਾ, ਲੜਕੀਆਂ ਦਾ ਕਾਲਜ ਨਾ, ਕੋਈ ਸਹੂਲਤ ਬੱਸ ਸੇਵਾ ਤੇ ਸੜਕਾਂ ਦੀ ਸੇਵਾ ਵੀ ਕੋਈ 10 ਸਾਲ ਪਹਿਲਾਂ ਹੀ ਹੋ ਲਈ ਤੇ ਹੁਣ ਕੋਈ ਸੜਕਾਂ ਵਾਲੀ ਵੀ ਨਹੀਂ, ਰਸਤੇ ਫਿਰਨੀ ਸਾਰੀ ਕੱਚੀ। ਗਾਂਧੀ ਨੇ ਗੋਦ ਲਿਆ ਜੀ ਤੁਹਾਡਾ ਪਿੰਡ? ਹਾਂਜੀ। ਕੋਈ ਸੁਧਾਰ ਹੋਇਆ ਉਸ ਤੋਂ ਬਾਅਦ? ਗਾਂਧੀ ਨੇ 2-3 ਕੰਮ ਕਰੇ ਜੀ। ਇੱਕ ਤਾਂ ਮੰਡੀ ਬਣਾਈ, ਅਨਾਜ ਮੰਡੀ, ਇੱਕ ਪੰਚਾਇਤ ਘਰ ਬਣਾਇਆ, ਇੱਕ ਸ਼ਮਸ਼ਾਨ ਘਾਟ ਨੂੰ ਪੈਸੇ ਦੇ। ਲੋਕਾਂ ਦੀ ਸਹੂਲਤ ਜਿਹੜੀ ਮੇਨ ਚਾਹੀਦੀ? ਮੇਨ ਸਹੂਲਤਾਂ ਕੋਈ ਨਹੀਂ ਬਣ ਸਕੀ, ਮੇਨ ਸਹੂਲਤਾਂ ਰਹਿ ਗਈਆਂ, ਨਾ ਤਾਂ ਸਰਕਾਰੀ ਬੱਸ ਹੈ, ਨਾ ਹੁਣ ਟੈਂਕੀ ਬਣੀ ਖੜੀ ਹੈ ਸਾਡੇ, ਤੇ ਪਾਣੀ ਕਿਸੇ ਘਰ ਨੂੰ ਵੀ ਨਹੀਂ ਮਿਲ ਰਿਹਾ। ਗੰਦਾ ਪਾਣੀ, ਤੇ ਗੰਦਾ ਪਾਣੀ ਛੱਪੜ ਉਛਲੇ ਪਏ ਆ, ਬਿਮਾਰੀਆਂ ਪੈ ਰਹੀਆਂ। ਘੱਗਰ ਦਰਿਆ ਨੇੜੇ ਲੰਘ ਰਿਹਾ, ਉਸ ਦਾ ਪਾਣੀ ਸਾਡੇ ਕਾਣੀ ਚ ਆ ਗਿਆ, ਸਮਰਸੀਬਲ ਬੋਰਾਂ ਦਾ ਪਾਣੀ ਆ, ਉਸ ਨਾਲ ਲੋਕਾਂ ਨੂੰ ਕੈਂਸਰ ਹੋਣ ਲੱਗੇ। ਪਿੰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਾਕਟਰੀ ਸਹੂਲਤ ਦੇ ਨਾ ਹੋਣਾ, ਸ਼ਹਿਰ ਜਾਣ ਦੇ ਲਈ ਕੋਈ ਬੱਸ ਸੇਵਾ ਦਾ ਪ੍ਰਬੰਧ ਨਾ ਹੋਣਾ ਪਿੰਡ ਦੇ ਪੁਰਾਤਨ ਹੋਣ ਦੀ ਕਹਾਣੀ ਨੂੰ ਦਰਸਾਉਂਦਾ ਹੈ। ਪਿੰਡ ਦੀਆਂ ਕੱਚੀਆਂ ਗਲੀਆਂ, ਕੱਚੀਆਂ ਨਾਲੀਆਂ ਤੇ ਲੜਕੀਆਂ ਦੇ ਲਈ ਸਕੂਲ ਦੀ ਕਮੀ ਪਿੰਡ ਦੇ ਵਿਕਾਸ ਦੀ ਕਮੀ ਨੂੰ ਦਰਸਾਉਂਦੇ ਨੇ। ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਸ ਵੱਲ ਧਿਆਨ ਦਿੰਦੀ ਹੈ ਜਾਂ ਫਿਰ ਪਿੰਡ ਦੇ ਲੋਕ ਇਸੇ ਤਰ੍ਹਾਂ ਸਮੱਸਿਆਵਾਂ ਵਿੱਚ ਘਿਰੇ ਰਹਿਣਗੇ। ਪਾਤਰਾ ਤੋਂ ਸਤਪਾਲ ਗਰਗ ਦੇ ਨਾਲ ਸ਼ਵੇਤਾ ਹੁੰਜਨ, ਡੇਲੀ ਪੋਸਟ ਪੰਜਾਬੀ। ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9,563,9,563।